ਤੇ 100 ਮੀਲ ਵਾਲੇ ਵੀ ਨਹੀਂ ਚੱਕਵੇਂ ਓਏ ਉਹੀ ਠੋਕਦੇ ਆ ਚੱਕਦੇ ਜੋ ਅੱਤ ਨੇ जी कैटरीना नित्या मेहरा ते नाल दी नाल सिद्धार्थ मल्होत्रा दे नाल खास मुलाकात तो बाद हुण तुहानूं मिलवा रहे ऑन लोकेशन शूट ते मेरे एक होर यूनिवर्सिटी वाले मित्र दे नाल राजवीर जवंदा बहुत बहुत स्वागत प्रीति थैंक यू तुहाडा बहुत बहुत शुक्रिया जी तुसीं शूट ते आए हो बहुत बहुत तुहाडा वेलकम और राजवीर जवंदा तुसीं बहुत सारी एक छोटी जी वीडियो क्लिप्स वायरल हुंदी देखी होगी कभी फेसबुक ते कभी यूट्यूब ते ए उही मुंडा जी यूनिवर्सिटी वाला मित्र असीं गल कर रहे सी कमर गरेवाल जोबन संधू थोड़ा नाम आया ए जिहड़ा ऑन लोकेशन ते असीं पहुंचे हां सरनेम ऑडियो हालांकि वायरल बहुत ज़्यादा हो रहा है गाना है कि तुसी बंदूक बंदाक चला रहे हो कुड़ी दे नाल एक्चुअली ये असी थोड़ा जहा कोशिश की है भी वह बंदे का जोड़ा वह स्टेटस है उन्होंने दिखाया जाए क्योंकि साडा जो पंजाबियों का सरनेम जिहड़ा असी मैं इधर भी दस दें पंजाबियों के दा जिहड़ा सरनेम उन्होंने लैके बड़ा लोगों के होंगे कि साडा जिहड़ा स्टेटस बड़ा वड्डा पंजाबियों का स्टेटस वैसे वड्डा तो उस लैके असी उस चीज़ को ज़्यादा हाईलाइट किया कि उन्होंने दिखाया जाए किस तरह का बंदा उसका लाइफ स्टाइल की है ਉਹਦਾ ਰਹਿਣ ਦਾ ਉਹਦਾ ਤੁਰਨ ਦਾ ਉਹਦਾ ਬਹਿਣ ਦਾ ਢੰਗ ਕੀ ਹੈ ਉਹ ਸਾਰਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਬੜਾ ਵਧੀਆ ਔਰ ਤੁਹਾਡੇ ਲਾਈਫ ਸਟਾਈਲ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਬੁਲਟ ਮੋਟਰ ਬਾਈਕਸ ਨਾਲ ਤੁਹਾਨੂੰ ਬਹੁਤ ਪਿਆਰ ਹੈ ਦੁੱਖ ਦੁੱਖ ਗੀਤ ਵੀ ਆਇਆ ਸੀਗਾ ਐਕਚੁਅਲੀ ਮੈਂ ਸਿੰਗਰ ਮੈਨੂੰ ਕਾਫੀ ਸਾਰਾ ਸ਼ੌਂਕ ਹੈਗਾ ਜੀ ਮੈਂ ਸਿੰਗਰ ਤਾਂ ਹੈਗਾ ਹੀ ਹੈਗਾ ਰਾਈਟਰ ਹੈਗਾ ਨਾਲ ਮੈਂ ਤੁਸੀਂ ਮੈਨੂੰ ਜਾਣਦੇ ਹੋ ਪੁਰਾਣੇ ਯੂਨੀਵਰਸਿਟੀ ਟਾਈਮ ਤੋਂ ਮੈਂ ਰਾਈਟਰ ਵੀ ਹੈਗਾ ਹਰ ਸਾਲ ਮੈਂ ਲੇਹ ਲਦਾਖ ਪੂਰਾ ਇੰਡੀਆ ਮੈਂ ਬਾਈਕ ਤੇ ਘੁੰਮਿਆ ਹੋਇਆ ਔਰ ਮੇਰੇ ਬਾਈਕ ਦੇ ਪਿੱਛੇ ਇੱਕ ਟਰੋਲੀ ਪਾਈ ਹੋਈ ਹੈ ਉਹਦੀਆਂ ਫੋਟੋਜ਼ ਵਾਇਰਲ ਹੋ ਜਾਂਦੇ ਤੁਸੀਂ ਦੇਖੀਆਂ ਹੋਣੀਆਂ ਨੇ ਉਹਦੇ 'ਚ ਮੇਰਾ ਸਾਰਾ ਲਗੇਜ ਹੁੰਦਾ ਟੈਂਟ ਵਗੈਰਾ ਮੈਂ ਕਦੇ ਕੋਈ ਰੂਮ ਨਹੀਂ ਲੈਂਦਾ ਉਹਦੇ 'ਚ ਮੈਂ ਐਡਵੈਂਚਰ ਦਾ ਬੜਾ ਸ਼ੌਕੀਨ ਹੈਗਾ ਓਕੇ ਔਰ ਨਾਲ ਦੀ ਨਾਲ ਇੱਕ ਹੋਰ ਤਸਵੀਰਾਂ ਲੋਕਾਂ ਨੇ ਬਹੁਤ ਜ਼ਿਆਦਾ ਦੇਖੀਆਂ ਨੇ ਜਦੋਂ ਪਟਿਆਲਾ ਸ਼ਾਹੀ ਪੱਗ ਦੀ ਗੱਲ ਹੁੰਦੀ ਹੈ ਉਸ ਤਸਵੀਰ ਨੂੰ ਵੀ ਬਹੁਤ ਜ਼ਿਆਦਾ ਵਾਇਰਲ ਹੁੰਦਾ ਤੁਸੀਂ ਦੇਖਿਆ ਉਹ ਵੀ ਇਹੀ ਮੁੰਡਾ ਹੈ ਜੀ ਰਾਜਵੀਰ ਸਰਨੇਮ ਦੀ ਅਸੀਂ ਗੱਲ ਕਰ ਰਹੇ ਹਾਂ ਬਾਰ-ਬਾਰ ਸਰਨੇਮ ਗੀਤ ਦੇ ਵਿੱਚ ਦਰਅਸਲ ਹੈ ਕੀ ਉਹ ਤਾਂ ਗੱਲ ਹੋ ਗਈ ਸਟੇਟਸ ਦੀ ਗੱਲ ਹੁੰਦੀ ਹੈ ਪੰਜਾਬੀਆਂ ਦੀ ਗੱਲ ਹੁੰਦੀ ਹੈ ਬਟ ਕਿਸ ਤਰ੍ਹਾਂ ਦੇ ਇਹਦੇ ਬੋਲ ਨੇ ਉਹ ਵੀ ਸਾਨੂੰ ਦੱਸੋ ਐਕਸਕਲੂਸਿਵਲੀ ਪੀਟੀਸੀ ਦੇ ਦਰਸ਼ਕਾਂ ਲਈ ਇਹਦੀ ਸਟਾਰਟਿੰਗ ਇਹਦਾ ਸਥਾਈ ਜਿਹੜਾ ਬੜਾ ਕਲੀਅਰ ਆ ਵੀ ਬਹੁਤੇ ਸਾਊ ਵੀ ਨਹੀਂ ਬਾਲੇ ਵੀ ਨਹੀਂ ਚੱਕਵੇਂ ਉਹੀ ਠੋਕੀ ਦੇ ਆ ਚੱਕਦੇ ਜੋ ਅੱਤ ਨੇ ਸਾਡੇ ਬਾਪੂ ਦਾ ਤੇ ਜੱਜ ਵਾਲਾ ਫੈਸਲਾ ਦੋਵੇਂ ਗੱਲਾਂ ਸੇਮ ਜੱਟੀਏ ਤਿੰਨ ਪੀੜ੍ਹੀਆਂ ਤੋਂ ਚੱਲਦਾ ਇਲਾਕੇ 'ਚ ਸਾਡਾ ਸਰਨੇਮ ਜੱਟੀਆ ਮਤਲਬ ਜਿਹੜਾ ਸਰਨੇਮ ਆ ਨਾ ਸਾਡਾ ਉਹ ਕੋਈ ਅੱਜ ਕੋਈ ਕ੍ਰੀਏਟਿਵ ਕ੍ਰੀਏਟ ਕੀਤੀ ਹੋਈ ਚੀਜ਼ ਨਹੀਂ ਹੈਗੀ ਉਹ ਜੱਦੀ ਪੁਸ਼ਤੀ ਇਹਨੂੰ ਪੁਸ਼ਤਾਂ ਲੱਗ ਜਾਂਦੀਆਂ ਨੇ ਤਾਂ ਉਹ ਚੀਜ਼ ਰਾਈਟਰ ਨੇ ਬੜਾ ਸੋਹਣਾ ਇਹਦੇ ਰਾਈਟਰ ਹੈਗੇ ਨੇ ਗਿੱਲ ਰੌਂਤੇ ਵਾਲਾ ਮੇਰਾ ਵੀਰ ਉਹਨੇ ਬੜਾ ਸੋਹਣਾ ਲਿਖਿਆ ਅਤੇ ਉਹਦੇ ਲਿਰਿਕਸ ਦੇ ਅਕੋਰਡਿੰਗ ਫਿਰ ਅਸੀਂ ਉਹ ਵੀਡੀਓ ਦਾ ਕਨਸੈਪਟ ਬਣਾਇਆ ਬੜਾ ਵਧੀਆ ਔਰ ਹੁਣ ਤੱਕ ਦਾ ਜਿਹੜਾ ਕਰੀਅਰ ਰਿਹਾ ਜਿਹੜੀ ਛੋਟੀ ਜਿਹੀ ਕਲਿੱਪ ਦੀ ਮੈਂ ਗੱਲ ਕੀਤੀ ਉਹ ਬਹੁਤ ਵਾਇਰਲ ਹੋਈ ਉਸ ਤੋਂ ਬਾਅਦ ਜਿਹੜਾ ਕਰੀਅਰ ਮੈਨੂੰ ਲੱਗਦਾ ਕਿ ਸ਼ੁਰੂਆਤ ਹੋਈ ਉੱਥੋਂ ਇੱਕ ਲੋਕਾਂ ਨੇ ਜਾਣਨਾ ਸ਼ੁਰੂ ਕੀਤਾ ਕਿਉਰਿਓਸਿਟੀ ਵਧੀ ਕਿ ਮੁੰਡਾ ਹੈ ਕੌਣ ਜਿਹੜਾ ਇੰਨਾ ਸੋਹਣਾ ਗਾਉਂਦਾ ਉਸ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਸਰਨੇਮ 14 ਨੂੰ ਰਿਲੀਜ਼ ਹੋਣ ਜਾ ਰਿਹਾ ਹੁਣ ਤੱਕ ਦੇ ਸਫ਼ਰ ਨੂੰ ਕਿਸ ਤਰ੍ਹਾਂ ਤੁਸੀਂ ਜਸਟੀਫਾਈ ਕਰਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਮੈਂ ਬੜਾ ਇੰਜੋਏ ਕੀਤਾ ਜੀ ਮੇਰੀ ਟੀਮ ਬੜੀ ਵਧੀਆ ਐਕਚੁਅਲੀ ਅੱਜ ਮੈਂ ਜਸਵੀਰਪਾਲ ਭਾਜੀ ਦਾ ਜ਼ਿਕਰ ਕਰਦਾ ਸਾਡੇ ਜਸਵੀਰਪਾਲ ਭਾਜੀ ਜਸ ਰੈਕਰਡਸ ਵਾਲੇ ਉਹ ਕੈਨੇਡਾ ਗਏ ਹੋਏ ਨੇ ਹੋ ਗਿਆ ਉਹਨਾਂ ਨੂੰ 5 ਦਿਨ ਹੋ ਗਏ ਨੇ ਥੋੜੇ ਟਾਈਮ ਲਈ ਉਹ ਕੈਨੇਡਾ ਗਏ ਨੇ ਬੜਾ ਮਿਸ ਕਰ ਰਹੇ ਆ ਉਹਨਾਂ ਨੂੰ ਇਹ ਉਹਨਾਂ ਦੀ ਕ੍ਰੀਏਟੀਵਿਟੀ ਆ ਸਾਰੀ ਬੜੇ ਮਿਹਨਤੀ ਬੰਦੇ ਨੇ ਸਾਰਾ ਤਾਮ ਝਾਮ ਜਿਹੜਾ ਤੁਸੀਂ ਦੇਖ ਰਹੇ ਹੋ ਪਿੱਛੇ ਲਾਮ ਲਸ਼ਕਰ ਇਹ ਸਾਰਾ ਉਹਨਾਂ ਦਾ ਹੀ ਕੀਤਾ ਹੋਇਆ ਤੇ ਉਹ ਕੈਨੇਡਾ ਤੋਂ ਬੈਠ ਕੇ ਸਾਨੂੰ ਹੁਣ ਵੀ ਮੈਸੇਜ ਤੇ ਮੈਸੇਜ ਫੋਨ ਤੇ ਫੋਨ ਵੀ ਮੈਨੂੰ ਦੱਸੋ ਕਿਦਾਂ ਦਾ ਚੱਲ ਰਿਹਾ ਸਾਰਾ ਉਹਨਾਂ ਦੇ ਕੀਤਾ ਹੋਇਆ ਚਲੋ ਹੁਣ ਅਸੀਂ ਚਾਹੁੰਦੇ ਕਿ ਰਿਦਮ ਦੇ ਵਿੱਚ ਉਸ ਗੀਤ ਨੂੰ ਸਰਨੇਮ ਨੂੰ ਅਸੀਂ ਸੁਣ ਲਈ ਜਿਹੜਾ ਐਕਸਕਲੂਸਿਵ ਤੁਸੀਂ ਪੀਟੀਸੀ ਤੇ ਵੀ ਸੁਣੋਗੇ ਜਲਦੀ ਉਹ ਗਾਣਾ ਐਕਸਕਲੂਸਿਵ ਪੀਟੀਸੀ ਦੇ ਦਰਸ਼ਕਾਂ ਲਈ ਪਹਿਲਾਂ ਹੀ ਤੁਹਾਨੂੰ ਸੁਣਾ ਰਿਹਾ ਔਨ ਲੋਕੇਸ਼ਨ ਸ਼ੂਟ ਤੇ ਰਾਜਵੀਰ ਜਵੰਦਾ ਦੀ ਜ਼ਬਾਨੀ ਐਕਚੁਅਲੀ ਉਹਨਾਂ ਦਾ ਸੁਨੀਲ ਆਡੀਓ ਜਿਹੜਾ ਹੈਗਾ ਉਹ ਆ ਚੁੱਕਿਆ ਆਲਰੇਡੀ ਲੋਕਾਂ ਨੇ ਸੁਣ ਲਿਆ ਬੜਾ ਪਿਆਰ ਦੇ ਰਹੇ ਨੇ ਮੈਂ ਬੜਾ ਧੰਨਵਾਦੀ ਆ ਸਾਰੇ ਹੀ ਪੰਜਾਬੀ ਵੀਰਾਂ ਦਾ ਜਿਨ੍ਹਾਂ ਨੇ ਮੇਰੀ ਆਵਾਜ਼ ਨੂੰ ਕਬੂਲ ਕੀਤਾ ਉਹਦੀਆਂ ਦੋ ਬੋਲ ਮੈਂ ਤੁਹਾਨੂੰ ਬੀਟ 'ਚ ਰਿਦਮ 'ਚ ਤੁਸੀਂ ਨਾਲ ਮੈਨੂੰ ਚੁਟਕੀ ਦੇ ਨਾਲ ਰਿਦਮ ਲਓ ਜੀ ਲਓ ਚੁਟਕੀ ਬਹੁਤੇ ਸਾਊ ਵੀ ਨਹੀਂ ਬਾਲੇ ਵੀ ਨਹੀਂ ਚੱਕਵੇਂ ਓਏ ਉਹੀ ਠੋਕੀ ਦੇ ਆ ਚੱਕਦੇ ਜੋ ਅੱਤ ਨੇ ਸਾਡੇ ਬਾਪੂ ਦਾ ਤੇ ਜੱਜ ਵਾਲਾ ਫੈਸਲਾ ਨਹੀਂ ਦੋਵੇਂ ਗੱਲਾਂ ਸੇਮ ਚੱਟੀਏ ਤਿੰਨ ਪੀੜ੍ਹੀਆਂ ਤੋਂ ਚੱਲਦਾ ਇਲਾਕੇ 'ਚ ਨਹੀਂ ਸਾਡਾ ਸਰਨੇਮ ਚੱਟੀਏ ਉਹ ਤਿੰਨ ਪੀੜ੍ਹੀਆਂ ਤੋਂ ਚੱਲਦਾ ਇਲਾਕੇ 'ਚ ਨਹੀਂ ਸਾਡਾ ਸਰਨੇਮ ਚੱਟੀਏ ਨਹੀਂ ਸਾਡਾ ਸਰਨੇਮ ਚੱਟੀਏ ਜੀ ਤੁਸੀਂ ਆਡੀਓ ਤਾਂ ਇਹਨਾਂ ਦੀ ਜ਼ੁਬਾਨੀ ਸੁਣ ਲਿਆ ਅਸਲ ਆਡੀਓ ਵੀ ਤੁਸੀਂ ਬਹੁਤ ਸਾਰਾ ਸੁਣ ਰਹੇ ਹੋ ਵਾਇਰਲ ਵੀ ਕਰ ਰਹੇ ਹੋ ਪਰ ਵੀਡੀਓ ਵੀ ਜਲਦੀ ਸੁਣੋਗੇ ਔਰ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਪੱਗ ਵਾਲਾ ਮੁੰਡਾ ਲੱਗਦਾ ਇਹ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਬਹੁਤ ਸ਼ੁਕਰੀਆ ਬੈਸਟ ਵਿਸ਼ੇਸ ਗੱਲਬਾਤ ਕਰਨ ਲਈ ਬਹੁਤੇ ਸੌ ਮੀਲ ਬਾਲੇ ਵੀ ਨਹੀਂ ਚੱਕਵੇਂ ਓਏ ਉਹੀ ਠੋਕਦੇ ਆ ਚੱਕਦੇ ਜੋ ਅੱਤ ਨੇ ਉਹੀ ਠੋਕਦੇ ਆ ਚੱਕਦੇ ਜੋ ब्रेक इतने ला रहे हैं पर ब्रेक दे उस पार अपडेट्स